ਡੰਪ ਦੇ ਉੱਤੇ ਕੂੜਾ ਸੁੱਟਣ ਆਏ ਇੱਕ ਵਿਅਕਤੀ ਅਤੇ ਸਰਕਾਰੀ ਮੁਲਾਜ਼ਮ ਦੇ ਵਿਚਕਾਰ ਤਕਰਾਰ ਹੋਈ ਹੈ। ਨੌਬਤ ਇੱਥੋਂ ਤੱਕ ਪਹੁੰਚ ਗਈ ਕਿ ਇੱਕ ਦੂਜੇ ਦੇ ਉੱਤੇ ਤਲਵਾਰਾਂ ਲੈ ਕੇ ਹਮਲਾ ਕਰ ਦਿੱਤਾ ਗਿਆ। ਹਾਲਾਂਕਿ ਇਸ ਦੌਰਾਨ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਕਿ ਦੋਵੇਂ ਧਿਰਾਂ ਉਲਝਦੀਆਂ ਨਜ਼ਰ ਆ ਰਹੀਆਂ ਨੇ। ਦੱਸ ਦਈਏ ਕਿ ਡੰਪ ਦੇ ਉੱਤੇ ਜੋ ਕੂੜਾ ਸੁੱਟਣ ਦੇ ਲਈ ਵਿਅਕਤੀ ਪਹੁੰਚਿਆ ਸੀ, ਉਸਨੇ ਸਰਕਾਰੀ ਮੁਲਾਜ਼ਮ ਦੇ ਉੱਤੇ ਕਾਫ਼ੀ ਗੰਭੀਰ ਇਲਜ਼ਾਮ ਲਗਾਏ ਨੇ। ਉਸਦਾ ਕਹਿਣਾ ਕਿ ਉਹ ਜਦ ਵੀ ਇੱਥੇ ਕੂੜਾ ਸੁੱਟਣ ਦੇ ਲਈ ਪਹੁੰਚਦਾ ਤਾਂ ਉਸਦੇ ਕੋਲੋਂ ਇਸ ਦੇ ਬਦਲੇ 'ਚ 1000 ਰੁਪਏ ਮਹੀਨੇ ਦੇ ਉਸ ਸਰਕਾਰੀ ਮੁਲਾਜ਼ਮ ਦੇ ਵੱਲੋਂ ਵਸੂਲੇ ਜਾਂਦੇ ਨੇ। ਸਿਰਫ ਉਸ ਤੋਂ ਹੀ ਨਹੀਂ, ਜੇਕਰ ਹੋਰ ਵੀ ਕੋਈ ਇੱਥੇ ਕੂੜਾ ਸੁੱਟਣ ਦੇ ਲਈ ਆਉਂਦਾ ਤਾਂ ਉਸਦੇ ਕੋਲੋਂ ਆਪਣੀ ਮਰਜ਼ੀ ਦੇ ਅਨੁਸਾਰ ਇਸ ਸਰਕਾਰੀ ਮੁਲਾਜ਼ਮ ਦੇ ਵੱਲੋਂ ਕਿਸੇ ਤੋਂ 500, ਕਿਸੇ ਤੋਂ 700 ਅਤੇ ਕਿਸੇ ਤੋਂ 1000 ਰੁਪਏ ਵਸੂਲੇ ਜਾਂਦੇ ਨੇ। ਅੱਜ ਵੀ ਉਸਦੇ ਕੋਲੋਂ ਪੈਸੇ ਮੰਗੇ ਗਏ, ਪਰ ਜਦੋਂ ਉਸਨੇ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਤਾਂ ਉਸ ਤੋਂ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਕਿ ਉਸਨੇ ਗੁੱਸੇ 'ਚ ਆ ਕੇ ਆਪਣੇ ਨਾਲ ਕੁਝ ਬਦਮਾਸ਼ਾਂ ਨੂੰ ਬੁਲਾਇਆ ਅਤੇ ਉਸਦੇ ਉੱਤੇ ਹਮਲਾ ਕਰ ਦਿੱਤਾ। ਗਨੀਮਤ ਰਹੀ ਕਿ ਕਿਸੇ ਦੇ ਵੀ ਉਹ ਤਲਵਾਰ ਲੱਗੀ ਨਹੀਂ, ਨਹੀਂ ਤਾਂ ਕੋਈ ਵੱਡੀ ਅਣਸੁਖਾਵੀ ਘਟਨਾ ਵੀ ਵਾਪਰ ਸਕਦੀ ਸੀ। ਤਾਂ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਹੁਣ ਕੂੜਾ ਸੁੱਟਣ ਦੇ ਵੀ ਸਰਕਾਰੀ ਮੁਲਾਜ਼ਮਾਂ ਦੇ ਵੱਲੋਂ ਪੈਸੇ ਵਸੂਲੇ ਜਾ ਰਹੇ ਨੇ। ਹਾਲਾਂਕਿ ਇਹ ਜਾਂਚ ਦਾ ਵਿਸ਼ਾ ਕਿ ਜੋ ਉਸਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕੀ ਇਹ ਸਹੀ ਨੇ ਜਾਂ ਗਲਤ, ਪਰ ਕਿਤੇ ਨਾ ਕਿਤੇ ਇੱਕ ਵਾਰ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਵੀ ਖੜਾ ਜ਼ਰੂਰ ਹੁੰਦਾ, ਕਿਉਂਕਿ ਸਰਕਾਰ ਦੇ ਵੱਲੋਂ ਜੋ ਡੰਪ ਬਣਾਏ ਜਾਂਦੇ ਨੇ ਉੱਥੇ ਕਰਮਚਾਰੀਆਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਕਿ ਉਹਨਾਂ ਨੇ ਇੱਥੇ ਸਾਫ਼ ਸਫਾਈ ਕਰਨੀ ਹੁੰਦੀ ਹੈ, ਪਰ ਅਜਿਹੇ ਦੇ ਵਿੱਚ ਜੇਕਰ ਕੋਈ ਉੱਥੇ ਜਾ ਕੇ ਕੂੜਾ ਸੁੱਟਦਾ ਤਾਂ ਇਹ ਪਹਿਲੀ ਵਾਰ ਸੁਣਿਆ ਗਿਆ ਕਿ ਉੱਥੇ ਕੂੜੇ ਸੁੱਟਣ ਦੇ ਵੀ ਪੈਸੇ ਵਸੂਲੇ ਜਾ ਰਹੇ ਨੇ। क्या बात, क्या बात हुई, क्या बात? कुछ नहीं हुआ, वो पैसे मांगने आया मेरे को चिट्ठा पी के 4-5-6 बंदे लेके, हाँ। मेरे को मांगने लगा, अच्छा। उन्हीं तुरवाल मारा, फिर उन्हीं का वो सर फट गया, फिर मेरा नाम लगा रहा। क्या पैसे मांग रहा है वो? सरकारी मुलाजिम है? हाँ, ये कूड़ा फेंकने का पैसे मांग रहा है। अच्छा, कितने पैसे मांग रहा है? वो 1000 रुपए महीना मांग रहा है। अच्छा, वो क्या वो सरकारी मुलाजिम है? हाँ, ये यही बंदा। अच्छा, उसने क्या हथियार भी लेके? हाँ, हथियार लेके आया, सभी ने देखा इधर, हर हाँ बंदा देखा। अच्छा, 6-7 बंदा लेके आया था मेरे को मारने के लिए पाजी। अच्छा, पैसे मांग रहा है? हाँ जी। काहे के पैसे मांग रहा है? पूरा चिरता हूँ ना, इसीलिए पैसे मांग रहा है। वो तो सरकारी का कूड़े के पैसे फिर भी लेता है, ये हमेशा ही लेता है, कम से कम 3-4 साल से लेता है पैसे। कितने पैसे लेता है? मेरे से 1000 लेता है, बाकी सब बंदे से लेता है 500, 600, 700। अच्छा, आज क्या बात हुई है? आज कुछ नहीं बात हुआ, वो पैसे मांगने आया, चिट्ठे पैसे का कम हो गया, फिर मेरे से मांगने आया, मैं दिया ही नहीं उसको पैसे, फिर मेरे को मांगने आ गया तरवाल लेके 6-7 बंदे लेके। अच्छा, कृपान लेके आया? हाँ जी। पुलिस को बुलाया है, इससे बात हुई है? उसने बुलाया था, मेरा कोई जान पहचान ही नहीं है। अच्छा, यहाँ पर आप कूड़ा उठाते हो? हाँ, सुबह आएगा मेरा मोहल्ले वाले सब कह रहे हैं सुबह आएंगे। ठीक है। ਕੀ ਨਾਮ ਹੈ ਤੁਹਾਡਾ? ਸੰਨੀ। ਸੰਨੀ, ਕੀ ਗੱਲ ਹੋਈ ਹੈ? ਇੱਥੇ ਨਾ ਗੱਡੀ ਆਈ ਸੀ, ਪ੍ਰਾਈਵੇਟ ਮੈਡੀਕਲ ਹਸਪੀਟਲ ਦੀ ਆਪਣੇ ਆਈ ਸੀ ਗੱਡੀ, ਤਾਂ ਮੈਂ ਇਹਨੂੰ ਪੁੱਛਿਆ ਵੀ ਇਹ ਗੱਡੀ ਇਹ ਕਿਹੜੀ, ਕਿੱਥੋਂ ਆਈ, ਕਿੱਥੋਂ ਨਹੀਂ ਆਏ, ਕਦੋਂ ਟਾਈ ਇੰਨਾ ਗੱਡੀ, ਤਾਂ ਇਹ ਮੈਨੂੰ ਗਲਤ ਸ਼ਬਦ ਬੋਲਣ ਲੱਗ ਗਿਆ, ਇਹ ਗਲਤ ਸ਼ਬਦ ਬੋਲਣ ਲੱਗ ਗਿਆ, ਤਾਂ ਮੈਨੂੰ ਗਲਿਓ ਫੜ ਲਿਆ ਕਿ ਵੀ ਤੂੰ ਕੌਣ ਹੁੰਦਾ ਪੁੱਛਣ ਵਾਲਾ। ਮੈਂ ਕਿਹਾ ਉਹਨਾਂ ਦਾ ਕਹਿਣਾ ਸਾਡੇ ਕੋਲ ਪੈਸੇ ਵੀ ਮੰਗ ਕੀਤੇ ਜਾਂਦੇ, ਪੈਸੇ ਪੂਸੇ ਤੇ ਕੁਛ ਕੋਈ ਜਿਹੜੇ ਕਿਰਪਾਨਾਂ ਲਈਆਂ ਗਈਆਂ ਉਹ ਇਹਨਾਂ ਕੋਲ ਨਿਕਲੀ ਆ, ਤੁਹਾਡੇ ਹੱਥਾਂ ਦੇ ਵਿੱਚ ਵੀ ਫੜੇ? ਕੋਈ ਹੈ ਦੇਖੋ ਜੀ? ਹਾਂਜੀ, ਕੋਈ ਇੱਕ। ਤੁਹਾਡੀ ਇੱਥੇ ਡਿਊਟੀ ਹੈ? ਮੇਰੀ ਇੱਥੇ ਇਹਨਾਂ ਨੇ ਡਿਊਟੀ ਲਾਈ ਵੀ ਤੇ ਨਹੀਂ, ਕਿੰਨਾ ਨੇ ਡਿਊਟੀ ਲਗਾਈ ਹੈ ਤੁਹਾਡੀ ਇੱਥੇ? ਮੇਰੇ ਕੋਲ ਇਲਾਕਾ ਇੱਧਰ ਸਾਰਾ, ਮੇਰੇ ਕੋਈ ਕਿੰਨੇ ਵਜੇ ਦੇ ਤੱਕ ਇਲਾਕਾ ਹੁੰਦਾ ਤੁਸੀਂ ਇਸ ਟਾਈਮ? ਕਿ ਮੁੰਡੇ ਵੀ ਤੁਹਾਡੇ ਵੱਲੋਂ ਬੁਲਾਏ ਗਏ ਸੀ? ਮੈਨੂੰ ਮੁੰਡੇ ਨੇ ਡਿਊਟੀ ਲਾਏ ਗਏ 3 ਵਜੇ ਤੱਕ, ਜਿਹੜੀ ਡਿਊਟੀ ਸੀ ਨਾ ਮੈਨੂੰ ਮੇਰੇ ਭਾਈ ਕਹਿੰਦੇ ਇੱਥੇ ਦੇਖ ਲਈ ਵੀ ਕੋਈ ਬਾਹਰਲੀ ਗੱਡੀ ਨਾ ਸਿੱਟੀ ਜਾਵੇ, ਤਾਂ ਇਹ ਪ੍ਰਾਈਵੇਟ ਗੱਡੀ ਆਈ ਸੀਗੀ, ਤਾਂ ਪ੍ਰਾਈਵੇਟ ਗੱਡੀ ਨੂੰ ਮੈਂ ਪੁੱਛਿਆ ਵਾ ਵੀ ਕਿਉਂ ਉਹਨਾਂ ਵੱਲੋਂ ਕਿਹਾ ਜਾਂਦਾ ਰੋਬ ਲਗਾਏ ਜਾਂਦੇ ਨੇ 1000 ਰੁਪਏ ਦੀ ਮੰਗ ਕੀਤੀ ਭਾਈ, ਉਹ ਇੱਥੇ ਕਾਰਵਾਈ ਕਰ ਦੇਖ ਲੈਣ, ਜੇ ਵਿਕਰਾਂਤ ਭਾਈ ਕਹਿ ਦਿੰਦੇ ਕਿ ਕੋਈ ਲੈਂਦੇ ਆ ਤਾਂ ਪੱਕੀ ਕਹਿ ਦਿੰਦੇ। ਕੀ ਮਾਮਲਾ ਕੀ ਹੈ? ਮਾਮਲਾ ਇਸ ਤਰ੍ਹਾਂ ਹੀ ਦੱਸਣ ਦੇ ਬਾਬਤ ਇਹ ਕਿਸੇ ਕੰਮ ਕਰਦੇ ਆ ਜੀ,
ਜੀ ਇਹਦੇ ਨਾਲ ਪੰਜ ਚਾਰ ਬੰਦੇ ਹੋਰ ਆਏ ਆ, ਉਹਨਾਂ ਨੇ ਇਹਨਾਂ ਨਾਲ ਕੁੱਟਮਾਰ ਕੀਤੀ ਆ ਜੀ। ਇਹਦੇ ਹੀ ਬਿਆਨ ਲਵਾਂਗੇ। ਇਹਦਾ ਨਾਮ ਕੀ ਹੈਗਾ, ਕਿਹਦੇ ਵੱਲੋਂ ਮਾਰ ਕੁੱਟ ਕੀਤੀ ਗਈ ਆ ਜੀ? ਕੋਈ ਹਥਿਆਰ ਥਿਊਰ ਵੀ ਯੂਜ਼ ਹੋਏ ਨੇ? ਕਹਿੰਦੇ ਨੇ ਇਹਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਦੇ ਕੋਈ ਸ਼ਿਕਾਇਤ ਕਿ ਕਿਸ ਗੱਲ ਤੋਂ ਲੜਾਈ ਆ? ਕੋਈ ਪੈਸੇ ਦੀ ਲੈਣ ਦੇਣ ਤੋਂ ਲੜਾਈ ਆ? ਪੈਸੇ ਦੇ ਲੈਣ ਦੇਣ ਤੋਂ ਲੜਾਈ ਇਹਨਾਂ ਦੀ ਕੋਈ ਜੀ? ਆਪਣੀ ਪਹਿਲੀ ਕੀ ਕਾਰਵਾਈ ਕੀਤੀ ਜਾ ਰਹੀ? ਕੱਲ 250 ਰੁਪਏ ਦੱਜਿਆ ਉਹ ਅੱਜ ਇਹਨੂੰ ਬੰਦੇ ਨੂੰ ਦੇਣੇ ਆ ਜੀ, ਇਹਨਾਂ ਕੋਲੋਂ ਦਰਖਾਸਤ ਲੈਂਦੇ ਆ, ਦਰਖਾਸਤ ਲੈ ਕੇ ਜਿਹੜਾ ਵੀ ਇਹਨਾਂ ਦੱਸਦੇ ਨੇ ਉਹ ਸਾਨੂੰ ਕਮੇਂਟ ਕਰ।